ਕਿ ਸਿਆਸਤ ਦੇ ਵਿੱਚ ਵੱਡਾ ਮੋੜ ਆਉਣ ਵਾਲਾ ਹੈ ਚੋਣ ਕਮਿਸ਼ਨ ਦੇ ਵੱਲੋਂ ਕੱਲ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਜਾਵੇਗਾ 3 ਜੋ 3 ਵਜੇ ਦਾ ਸਮਾਂ ਦਿੱਤਾ ਗਿਆ 3 ਵਜੇ ਦੇ ਕਰੀਬ ਜੋ ਐਲਾਨ ਕਰ ਦਿੱਤਾ ਜਾਵੇਗਾ ਕਿ ਆਖਰ ਕਿੰਨੀ ਤਾਰੀਖ ਨੂੰ ਲੋਕ ਸਭਾ ਚੋਣਾਂ ਹੋਣਗੀਆਂ ਪਰ ਇਸ ਦਾ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਜਾਵੇਗਾ ਤਾਂ ਇਸ ਦੇ ਨਾਲ ਹੀ ਕਈ ਪਾਬੰਦੀਆਂ ਦੇਸ਼ ਭਰ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਪਰ ਇਸ ਦੌਰਾਨ ਕਿਹੜੀਆਂ-ਕਿਹੜੀਆਂ ਪਾਬੰਦੀਆਂ ਹੋਣਗੀਆਂ ਇਸ ਦਾ ਜ਼ਿਕਰ ਜ਼ਰੂਰ ਕਰਾਂਗੇ ਕਿਹੜੇ-ਕਿਹੜੇ ਜੋ ਛੋਟ ਹੈ ਨੇਤਾਵਾਂ ਨੂੰ ਦਿੱਤੇ ਜਾਵੇਗੀ ਇਸ ਦਾ ਵੀ ਜ਼ਿਕਰ ਕਰਾਂਗੇ ਸੋ ਚੋਣ ਕਮਿਸ਼ਨ ਦੇ ਵੱਲੋਂ ਭਲਕੇ ਯਾਨੀ 16 ਮਾਰਚ ਨੂੰ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਲਾਨ ਦੇ ਨਾਲ ਹੀ ਦੇਸ਼ ਦੇ ਵਿੱਚ ਚੋਣ ਜ਼ਾਤਾ ਲਾਗੂ ਹੋਵੇਗੀ ਇਸ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹੋਣਗੀਆਂ ਦੱਸਣੀ ਹੋ ਗਿਆ ਕਿ ਬਿਨਾਂ ਕਿਸੇ ਰੁਕਾਵਟ ਦੇ ਪਾਰਦਰਸ਼ੀ ਤੇ ਨਿਰਪੱਖ ਚੋਣਾ ਕਰਵਾਉਣ ਦੇ ਲਈ ਚੋਣ ਕਮਿਸ਼ਨ ਨੇ ਚੋਣ ਜ਼ਾਤ ਤੇ ਵੱਜੋ ਕੁਝ ਨਿਯਮ ਅਤੇ ਮਾਪਦੰਡ ਤੈਅ ਕੀਤੇ ਨੇ ਇਹਨਾਂ ਦਾ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਤੇ ਲਾਜ਼ਮੀ ਤੌਰ ਦੇ ਉਤੇ ਜਿਨੇ ਵੀ ਇਹ ਆਗੂ ਨੇ ਇਹਨਾਂ ਨੂੰ ਪਾਲਣਾ ਕਰਨੀ ਪਵੇਗੀ ਇਹ ਲਾਜ਼ਮੀ ਹੋਵੇਗਾ ਇਸ ਦੇ ਅਧੀਨ ਚੋਣ ਕਮਿਸ਼ਨ ਨੇ ਸਿਆਸੀ ਦਲਾਂ ਉਮੀਦਵਾਰਾਂ ਅਤੇ ਵੋਟਰਾਂ ਦੇ ਲਈ ਆਮ ਆਚਰਣ ਤੋਂ ਲੈ ਕੇ ਸਬਾ ਜਲੂਸ VOTING POLLING BOOTH ਅਤੇ ਇਸ ਦੇ ਨਾਲ ਹੀ OBSERVER ਅਤੇ MANIFESTO ਨੂੰ ਲੈ ਕੇ ਨਿਯਮ ਤਾਇਕ ਕੀਤੇ ਨੇ ਜੋ ਕੁਝ ਇਸ ਤਰੀਕੇ ਨਾਲ ਨੇ ਜਾਣਕਾਰੀ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਵੱਖ-ਵੱਖ ਜਾਤਾਂ ਅਤੇ ਭਾਈਚਾਰਿਆਂ ਵਿਚਕਾਰ ਮਤਭੇਦ ਜਾਂ ਨਫ਼ਰਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨਹੀਂ ਹੋਈ ਹੋਵੇਗਾ ਨਿਤਿਆ ਅਤੇ ਕੰਮਾਂ ਦੀ ਆਲੋਚਨਾ ਕਿਤੇ ਜਾ ਸਕਦੀ ਹੈ ਕਿਸੇ ਪਾਰਟੀ ਆਗੂ ਜਾਂ ਵਰਕਰ ਦੇ ਨਿੱਜੀ ਜੀਵਨ ਤੇ ਉੱਤੇ ਟਿੱਪਣੀ ਨਹੀਂ ਕਿਤੇ ਜਾਵੇਗੀ ਇਸ ਦੇ ਨਾਲ ਹੀ ਕਿਸੇ ਵੀ ਜਾਤ ਜਾਂ ਫਿਰਕੇ ਦੀਆਂ ਭਾਵਨਾਵਾਂ ਨੂੰ ਵਰਤ ਕੇ ਆਪਣੀ ਵੋਟ ਪਾਉਣ ਦੀ ਅਪੀਲ ਨਹੀਂ ਕਿਤੇ ਜਾਵੇਗੀ ਮੰਦਰ ਮਸਜਿਦ ਜਾਂ ਕਿਸੇ ਹੋਰ ਪੂਜਾ ਸਥਾਨ ਨੂੰ ਚੋਣ ਪ੍ਰਚਾਰ ਦੇ ਲਈ ਨਹੀਂ ਵਰਤਿਆ ਜਾਵੇਗਾ ਵੋਟਰਾਂ ਨੂੰ ਰਿਸ਼ਵਤ ਦੇਣਾ ਉਹਨਾਂ ਨੂੰ ਡਰਾਉਣਾ ਪੋਲਿੰਗ ਸਟੇਸ਼ਨ ਤੋਂ 100 ਮੀਟਰ ਦੀ ਦੂਰੀ ਦੇ ਅੰਦਰ ਚੋਣ ਪ੍ਰਚਾਰ ਕਰਨਾ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਮੰਨਿਆ ਜਾਵੇਗਾ ਇਸ ਦੇ ਨਾਲ ਹੀ ਵੋਟਾਂ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਅਤੇ ਜਨਤਕ ਮੀਟਿੰਗਾਂ ਦੇ ਉੱਤੇ ਪਾਬੰਦੀ ਵੀ ਲਾਗੂ ਹੋ ਜਾਵੇਗੀ ਰਾਜਨੀਤਿਕ ਪਾਰਟੀਆਂ ਜਾਂ ਕਿਸੇ ਉਮੀਦਵਾਰ ਦੇ ਘਰ ਅੱਗੇ ਪ੍ਰਦਰਸ਼ਨ ਤੇ ਧਰਨਾ ਕਰਨਾ ਸਖਤ ਮਨਾ ਹੋਵੇਗਾ ਨੇਤਾ ਆਪਣੇ ਸਮਰਥਕਾਂ ਨੂੰ ਕਿਸੇ ਵਿਅਕਤੀ ਦੀ ਮਨਜ਼ੂਰੀ ਦੇ ਬਿਨਾਂ ਜ਼ਮੀਨ ਇਸ ਦੇ ਨਾਲ ਹੀ ਇਮਾਰਤ ਅਤੇ ਚਾਰ ਦਿਵਾਰੀ ਆਦਿ ਤੇ ਝੰਡੇ ਲਗਾਉਣਾ ਇਸ ਨਾਲ ਹੀ ਬੈਨਰ ਲਗਾਉਣਾ ਅਤੇ ਜਾਣਕਾਰੀ ਚਿਪਕਾਉਣਾ ਅਤੇ ਨਾਰੇ ਲਿਖਣ ਦੀ ਇਜਾਜ਼ਤ ਨਹੀਂ ਦੇ ਸਕਦੇ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹਨਾਂ ਦੇ ਸਮਰਥਕ ਦੂਜੀਆਂ ਪਾਰਟੀਆਂ ਦੀਆਂ ਮੀਟਿੰਗਾਂ ਜਾਂ ਜਲੂਸਾਂ ਦੇ ਵਿੱਚ ਰੁਕਾਵਟ ਪੈਦਾ ਨਾ ਕਰਨ ਅਤੇ ਨਾ ਹੀ ਵਿਗਨਪਾਉਣ ਦੀ ਕੋਸ਼ਿਸ਼ ਕਰ ਕੋਈ ਵੀ ਪਾਰਟੀ ਉਹਨਾਂ ਥਾਵਾਂ ਦੇ ਨੇੜੇ ਜਲੂਸ ਨਹੀਂ ਕੱਢੇਗੀ ਜਿੱਥੇ ਦੂਜੀਆਂ ਪਾਰਟੀਆਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਇੱਕ ਪਾਰਟੀ ਦੇ ਵੱਲੋਂ ਲਗਾਏ ਗਏ ਪੋਸਟਰ ਦੂਜੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਉਤਾਰੇ ਨਹੀਂ ਜਾਣਗੇ ਰੈਲੀ ਅਤੇ ਰਾਜਨੀਤਿਕ ਬੈਠਕਾਂ ਦੇ ਲਈ ਅਖਰ ਕੀ ਕੀ ਰੂਲ ਲਾਗੂ ਹੋਣਗੇ ਇਸ ਦੀ ਵੀ ਜਾਣਕਾਰੀ ਦਵਾਂਗੇ ਪੁਲਿਸ ਅਧਿਕਾਰੀਆਂ ਅਨੁਸਾਰੀਆਂ ਰੈਲੀਆਂ ਦੇ ਸਥਾਨ ਬਾਰੇ ਪਹਿਲਾਂ ਹੀ ਜਾਣਕਾਰੀ ਹੋਣੀ ਹੋਵੇਗੀ ਜਾਣਕਾਰੀ ਦਿੱਤੀ ਜਾਵੇਗੀ ਇਸ ਨਾਲ ਹੀ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਜਿੱਥੇ ਉਹ ਮੀਟਿੰਗ ਕਰਨ ਜਾ ਰਹੇ ਨੇ ਉੱਥੇ ਪਹਿਲਾਂ ਤੋਂ ਹੀ ਕੋਈ ਪਾਬੰਦੀ ਲਾਗੂ ਨਹੀਂ ਹੋਣੀ ਚਾਹੀਦੀ ਇਸ ਨਾਲ ਹੀ ਮੀਟਿੰਗਸ ਦੇ ਵਿੱਚ ਲਾਊਡ ਸਪੀਕਰ ਦੀ ਵਰਤੋਂ ਲਈ ਵੀ ਪਹਿਲਾਂ ਇਜਾਜ਼ਤ ਲੈਣੀ ਪਵੇਗੀ ਮੀਟਿੰਗ ਦੇ ਪ੍ਰਬੰਧਕਾਂ ਨੂੰ ਕਿਸੇ ਅਨਸੁਖਾਵੀ ਘਟਨਾ ਤੋਂ ਬਚਣ ਦੇ ਲਈ ਪੁਲਿਸ ਦੀ ਮਦਦ ਲੈਣੀ ਹੋਵੇਗੀ ਪਰ ਦੂਜੇ ਪਾਸੇ ਗੱਲ ਕਰੀਏ ਜਲੂਸ ਦੀ ਜਾਂ ਰੈਲੀਆਂ ਦੀ ਤਾਂ ਇਸ ਦੇ ਲਈ ਕਿਹੜੇ-ਕਿਹੜੇ ਰੂਲ ਲਾਗੂ ਹੋਣਗੇ ਇਸ ਦਾ ਵੀ ਜ਼ਿਕਰ ਕਰਾਂਗੇ ਸੋ ਜਲੂਸ ਕੱਢਣ ਤੋਂ ਪਹਿਲਾਂ ਕਿਸੇ ਦੇ ਸ਼ੁਰੂ ਹੋਣ ਸਮੇ ਰੂਟ ਅਤੇ ਸਮਾਪਤੀ ਦੇ ਸਮੇ ਅਤੇ ਸਥਾਨ ਦੀ ਅਗਾਉਂ ਜਾਣਕਾਰੀ ਪੁਲਿਸ ਨੂੰ ਦੇਣੀ ਪਵੇਗੀ ਪਹਿਲਾ ਪਤਾ ਲਗਾਉਣਾ ਹੋਵੇਗਾ ਕਿ ਜਿੱਥੋਂ ਤੁਸੀਂ ਜਲੂਸ ਕੱਢ ਰਹੇ ਹੋ ਰੈਲੀ ਕੱਢ ਰਹੇ ਹੋ ਉਸ ਖੇਤਰ ਦੇ ਵਿੱਚ ਕੋਈ ਪਾਬੰਦੀ ਤਾਂ ਨਹੀਂ ਹੈ ਜਲੂਸ ਦਾ ਪ੍ਰਬੰਧ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਆਵਾਜਾਈ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ ਜੇਕਰ ਇੱਕ ਤੋਂ ਵੱਧ ਸਿਆਸੀ ਪਾਰਟੀਆਂ ਇੱਕੋ ਦਿਨ ਅਤੇ ਇੱਕੋ ਰੂਟ ਦੇ ਉੱਤੇ ਰੈਲੀ ਕੱਢਣ ਦੀ ਤਜ਼ਵੀਜ਼ ਰੱਖਦੀਆਂ ਹਨ ਤਾਂ ਸਮੇਂ ਬਾਰੇ ਪਤਾ ਪਹਿਲਾਂ ਹੀ ਹੋਣਾ ਚਾਹੀਦਾ ਹੈ ਸਰ ਸਮੇਂ ਬਾਰੇ ਚਰਚਾ ਹੋਣੀ ਚਾਹੀਦੀ ਹੈ ਇਸ ਨਾਲ ਹੀ ਸੜਕ ਦੇ ਸੱਜੇ ਪਾਸੇ ਤੋਂ ਜੋ ਰੈਲੀਆਂ ਹੈ ਕੱਢੀ ਜਾਵੇਗੀ ਅਜੇ ਹੀ ਵੀ ਜਾਣਕਾਰੀ ਮਿਲੀ ਹੈ ਦੂਜੇ ਪਾਸੇ ਜਲੂਸ ਦੇ ਦੌਰਾਨ ਹਥਿਆਰਾਂ ਜਾਂ ਹੋਰ ਹਾਨੀਕਾਰਕ ਸਮੱਗਰੀ ਦੀ ਵਰਤੋਂ ਨਹੀਂ ਹੋਵੇਗੀ ਡਿਊਟੀ ਤੇ ਤਾਇਨਾਤ ਪੁਲਿਸ ਦੀਆਂ ਹਦਾਇਤਾਂ ਅਤੇ ਸਲਾਹ ਦੀ ਸਖਤੀ ਦੇ ਨਾਲ ਪਾਲਣਾ ਕਰਨੀ ਪਵੇਗੀ ਇਸਨਾਂ ਲਈ VOTING ਦੇ ਦਿਨ ਦੇ ਲਈ ਕਿਹੜੇ-ਕਿਹੜੇ ਨਿਰਦੇਸ਼ ਜਾਰੀ ਹੋਏ ਨੇ ਇਹ ਵੀ ਦੱਸਾਂਗੇ ਸੋ ਵੋਟਾ ਵਾਲੇ ਦਿਨ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਇਹ ਯਕੀਨੀ ਬਣਾਉਣਗੇ ਕਿ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰ ਆਪਣੇ ਅਧਿਕਾਰਿਤ ਵਰਕਰਾਂ ਨੂੰ ਬੈਜ ਜਾਂ ਪਛਾਣ ਪੱਤਰ ਦੇਣ ਚੋਣ ਡਿਊਟੀ ਤੇ ਤਾਇਨਾਤ ਅਧਿਕਾਰੀ ਦਾ ਸਹਿਯੋਗ ਕੀਤਾ ਜਾਵੇ VOTERਾਂ ਨੂੰ ਦਿੱਤੀ ਜਾਣ ਵਾਲੀ ਪਰਚੀ ਸਾਦੇ ਕਾਗਜ਼ ਤੇ ਹੋਣੀ ਚਾਹੀਦੀ ਹੈ ਇਸ ਤੇ ਕਿਸੇ ਕਿਸਮ ਦਾ ਚੋਣ ਨਿਸ਼ਾਨ ਉਮੀਦਵਾਰ ਜਾਂ ਪਾਰਟੀ ਦਾ ਨਾਮ ਨਹੀਂ ਹੋਣਾ ਚਾਹੀਦਾ VOTING ਵਾਲੇ ਦਿਨ ਅਤੇ ਉਸ ਤੋਂ 48 ਘੰਟੇ ਪਹਿਲਾਂ ਕਿਸੇ ਨੂੰ ਸ਼ਰਾਬ ਨਹੀਂ ਵੰਡੀ ਜਾਵੇਗੀ ਪੋਲਿੰਗ ਕੇਂਦਰ ਦੇ ਨੇੜੇ ਲਗਾਏ ਗਏ ਕੈਂਪਾਂ ਦੇ ਵਿੱਚ ਬੇਲੋੜੀ ਭੀੜ ਇਕੱਠੀ ਨਹੀਂ ਹੋਵੇਗੀ ਇਸ ਦੇ ਨਾਲ ਹੀ ਕੈਂਪ ਦੀਆਂ ਸਾਰੀਆਂ ਥਾਵਾਂ ਤੇ ਕੋਈ ਪੋਸਟਰ ਝੰਡਾ ਪ੍ਰਤੀਕ ਜਾਂ ਹੋਰ ਪ੍ਰਚਾਰ ਸਮਗਰੀ ਪ੍ਰਦਰਸ਼ਿਤ ਨਹੀਂ ਕੀਤੀ ਜਾਵੇਗੀ ਇਸ ਦੇ ਨਾਲ ਹੀ VOTING ਵਾਲੇ ਦਿਨ ਵਾਹਨ ਚਲਾਉਣ ਦੇ ਲਈ ਪਰਮਿਟ ਪ੍ਰਾਪਤ ਹੋਣਾ ਚਾਹੀਦਾ ਇਸ ਦੇ ਨਾਲ ਹੀ ਗੱਲ ਕਰੀਏ ਪੋਲਿੰਗ ਬੂਥਾਂ ਦੀ ਤਾਂ ਵੋਟਰਾਂ ਤੋਂ ਇਲਾਵਾ ਕੋਈ ਵੀ ਵਿਅਕਤੀ ਜਿਸ ਕੋਲ ਚੋਣ ਕਮਿਸ਼ਨ ਦਾ ਵੈਧ ਪਾਸ ਨਹੀਂ ਹੈ ਪੋਲਿੰਗ ਬੂਥ ਦੇ ਅੰਦਰ ਦਾਖਲ ਨਹੀਂ ਹੋਣਾ ਚਾਹੀਦਾ ਇਸਨਾਂ ਵਾਲੀ ਗੱਲ ਕਰੀਏ ਆਬਜ਼ਰਵਰ ਦੀ ਆਬਜ਼ਰਵਰ ਦੀ ਨਿਯੁਕਤੀ ਚੋਣ ਕਮਿਸ਼ਨ ਕਰਦਾ ਹੈ ਜੇਕਰ ਉਮੀਦਵਾਰਾਂ ਜਾਂ ਉਹਨਾਂ ਦੇ ਏਜੰਟਾਂ ਨੂੰ ਚੋਣਾਂ ਦੇ ਸੰਚਾਲਨ ਸੰਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਉਹਨਾਂ ਨੂੰ ਆਬਜ਼ਰਵਰ ਦੇ ਧਿਆਨ ਦੇ ਵਿੱਚ ਲਿਆ ਸਕਦੇ ਨੇ ਗੱਲ ਕਰੀਏ ਸੱਤਾਧਾਰੀ ਪਾਰਟੀਆਂ ਦੀ ਤਾਂ ਉਹਨਾਂ ਦੇ ਵੀ ਨਿਯਮ ਨੇ ਮੰਤਰੀ ਸਰਕਾਰੀ ਦੌਰਿਆਂ ਦੇ ਸਮੇਂ ਚੋਣ ਪ੍ਰਚਾਰ ਨਹੀਂ ਕਰਨਗੇ ਸਰਕਾਰੀ ਮਸ਼ਿਨਰੀ ਅਤੇ ਕਰਮਚਾਰੀਆਂ ਦਾ ਇਸਤੇਮਾਲ ਪਾਰਟੀ ਹਿੱਤ ਦੇ ਵਿੱਚ ਨਹੀਂ ਹੋਵੇਗਾ ਸਰਕਾਰੀ ਮਸ਼ਰਰੀ ਅਤੇ ਕਰਮਚਾਰੀ ਪਾਰਟੀ ਦੇ ਹਿੱਤ ਦੇ ਵਿੱਚ ਨਹੀਂ ਵਰਤੇ ਜਾਣਗੇ ਇਸ ਦੇ ਨਾਲ ਹੀ ਹੈਲੀਪੈਡ ਤੇ ਸੱਤਾਧਾਰੀ ਟੀਰ ਦਾ ਇਕਾਧਿਕਾਰ ਨਹੀਂ ਹੋਣਾ ਚਾਹੀਦਾ ਸਰਕਾਰੀ ਵੰਡਾਂ ਦੇ ਨਾਲ ਪਾਰਟੀ ਦਾ ਪ੍ਰਚਾਰ ਨਹੀਂ ਹੋਵੇਗਾ ਕੇਂਦਰ ਜਾਂ ਰਾਜ ਸਰਕਾਰ ਦੇ ਮੰਤਰੀਆਂ ਉਮੀਦਵਾਰਾਂ ਵੋਟਰਾਂ ਜਾਂ ਏਜੰਟਾਂ ਤੋਂ ਇਲਾਵਾ ਲੋਕ ਪੋਲਿੰਗ ਬੂਥ ਵਿੱਚ ਦਾਖਲ ਨਹੀਂ ਹੋਣਗੇ ਅਜਹੀਆਂ ਜੋ ਚੋਣ ਜ਼ਾਦੇ ਦੇ ਨਾਲ-ਨਾਲ ਪਾਬੰਦੀਆਂ ਲਾਗੂ ਹੋ ਜਾਣਗੀਆਂ ਪਰ ਫਿਲਹਾਲ ਕਿਹੜੀਆਂ ਤਾਰੀਖਾਂ ਦਾ ਐਲਾਨ ਹੁੰਦਾ ਹੈ ਇਹ ਵੀ ਵੱਡੇ ਸਵਾਲੀਏ ਜਿੰਨੇ ਪਰ ਪਰਸਭਧੀਆਂ ਨਜ਼ਰ ਟਿਕੀਆਂ ਨੇ ਕੱਲ ਹੋਣ ਵਾਲੀ 3 ਵਜੇ ਮੀਟਿੰਗ ਨੂੰ ਲੈ ਕੇ ਆਖਿਰ ਕਿਹੋ ਜਿਹਾ ਮਾਹੌਲ ਰੰਦਾ ਕਿਹੜੀਆਂ ਤਾਰੀਖਾਂ ਹੁੰਦੀਆਂ ਨੇ ਆੜਵਾਲਾ ਸਮਾਂ ਦੱਸੇਗਾ ਪਰ ਜਿਵੇਂ ਚੋਣ ਜ਼ਾਬਤਾ ਲਾਗੂ ਹੁੰਦਾ ਹੈ ਤਾਂ ਇਸ ਦੇ ਨਾਲ ਹੀ ਇਹ ਇਹ ਜੋ ਸਾਵਧਾਨੀਆਂ ਨੇ ਹਰ ਇੱਕ ਸਿਆਸੀ ਆਗੂ ਨੂੰ ਵਰਤਣੀਆਂ ਪਵਣਗੀਆਂ ਜੇਕਰ ਉਲੰਘਣਾ ਕੀਤੀ ਜਾਂਦੀ ਹੈ ਤਾਂ ਕਾਰਵਾਈ ਵੀ ਹੋ ਸਕਦੀ ਹੈ